हालेलुया हालेलुया ए पिता परमेश्वर असी तेरी आराधना कर देखा असी तेरी वडियाई कर देखा असी तेरा धन्यवाद कर देखा हालेलुया हालेलुया ए पिता परमेश्वर तेरा वचन सुनन दे लई असी इत्थे इकट्ठे होए हां ਸਾਡੇ ਮਨਾਂ ਨੂੰ ਖੋਲ ਦੇ ਸਾਡੇ ਮਨਾਂ ਨੂੰ ਖੋਲ ਦੇ ਤੇਰਾ ਵਚਨ ਸਮਝਣ ਦੇ ਲਈ ਉਸ ਦੇ ਮੁਤਾਬਕ ਚੱਲਣ ਦੇ ਲਈ ਸਾਨੂੰ ਆਸ਼ੀਸ਼ ਦੇ ਸਾਨੂੰ ਕਿਰਪਾ ਦੇ ਹਲੇਲੂਇਆ 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 ਹੇ ਪਿਆਰੇ ਯਿਸੂ ਹੇ ਪਿਆਰੇ ਯਿਸੂ ਸਾਡੇ ਉੱਤੇ ਰਹਿਮ ਕਰ ਸਾਡੇ ਉੱਤੇ ਦਇਆ ਕਰ ਆਪਣੇ ਪਵਿੱਤਰ ਵਚਨ ਦੇ ਰਾਹੀਂ ਸਾਨੂੰ ਮਜ਼ਬੂਤ ਕਰ ਸਾਨੂੰ ਮਜ਼ਬੂਤ ਕਰ ਆਪਣੇ ਈਮਾਨ ਦੇ ਵਿੱਚ ਸਾਨੂੰ ਮਜ਼ਬੂਤ ਕਰ ਹਲੇਲੂਇਆ 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 ਹੇ ਪਿਆਰੇ ਯਿਸੂ ਹੇ ਪਿਆਰੇ ਯਿਸੂ ਹੇ ਪਿਆਰੇ ਯਿਸੂ ਹੇ ਪਿਆਰੇ ਯਿਸੂ ਸਾਡੇ ਨਾਲ ਗੱਲਾਂ ਕਰ ਸਾਡੇ ਨਾਲ ਗੱਲਾਂ ਕਰ ਇਸ ਜਾਗਰਣ ਦੇ ਵਿੱਚ ਅਸੀਂ ਇਸ ਲਈ ਆਏ ਹਾਂ ਤਾਂ ਜੋ ਅਸੀਂ ਤੇਰਾ ਵਚਨ ਸੁਣਾ ਤਾਂ ਜੋ ਅਸੀਂ ਤੇਰਾ ਵਚਨ ਸੁਣੇ ਏ ਪਿਆਰੇ ਯਿਸੂ ਏ ਪਿਆਰੇ ਯਿਸੂ ਸਾਨੂੰ ਆਪਣਾ ਵਚਨ ਦੇ ਸਾਨੂੰ ਆਪਣਾ ਵਚਨ ਦੇ ਇਸ ਰਾਤ ਨੂੰ ਸਾਨੂੰ ਆਪਣਾ ਵਚਨ ਦੇ ਸਾਨੂੰ ਆਪਣਾ ਵਚਨ ਦੇ ਇਸ ਰਾਤ ਵਿੱਚ ਇਸ ਜਾਗਰਣ ਦੇ ਵਿੱਚ ਸਾਨੂੰ ਆਪਣੇ ਵਚਨ ਦੇ ਸਾਨੂੰ ਆਪਣਾ ਵਚਨ ਦੇ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਰਸਤੇ ਵਿੱਚ ਚੱਲਣ ਲਈ ਸਾਨੂੰ ਆਪਣਾ ਵਚਨ ਦੇ ਸਾਨੂੰ ਆਪਣਾ ਵਚਨ ਦੇ ਹੇ ਪਿਆਰੇ ਯਿਸੂ ਹੇ ਪਿਆਰੇ ਯਿਸੂ ਤੇਰਾ ਵਚਨ ਸਵੀਕਾਰ ਕਰਨ ਦੇ ਲਈ ਤੇਰਾ ਵਚਨ ਸਵੀਕਾਰ ਕਰਨ ਦੇ ਲਈ ਅਸੀਂ ਇੱਥੇ ਆਏ ਹਾਂ ਅਸੀਂ ਇੱਥੇ ਆਏ ਹਾਂ ਸਾਨੂੰ ਹਰੇਕ ਨੂੰ ਆਤਮਾ ਦੀ ਸ਼ਕਤੀ ਨਾਲ ਭਰਪੂਰ ਕਰ ਆਤਮਾ ਦੀ ਸ਼ਕਤੀ ਨਾਲ ਭਰਪੂਰ ਕਰ ਤਾਂ ਜੋ ਅਸੀਂ ਤੇਰਾ ਵਚਨ ਸੁਣ ਸਕਾ ਸੁਣ ਸਕੇ ਅਤੇ ਸਵੀਕਾਰ ਕਰ ਸਕੀਏ ਅਤੇ ਸਵੀਕਾਰ ਕਰ ਸਕੀਏ ਹਾਲੇਲੂਇਆ 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 ਹੇ ਪਵਿੱਤਰ ਆਤਮਾ ਹੇ ਪਵਿੱਤਰ ਆਤਮਾ ਹੇ ਪਵਿੱਤਰ ਆਤਮਾ ਹੇ ਪਵਿੱਤਰ ਆਤਮਾ ਸਾਡੇ ਉੱਤੇ ਉਤਰ ਆ ਜਾ ਸਾਡੇ ਉੱਤੇ ਉਤਰ ਆ ਸਾਡੇ ਦਿਲ ਦੇ ਵਿੱਚ ਆ ਜਾ ਸਾਡੇ ਦਿਲ ਦੇ ਵਿੱਚ ਆ ਜਾ ਸਾਡੇ ਮਨ ਦੇ ਵਿੱਚ ਆ ਜਾ ਸਾਡੇ ਮਨ ਦੇ ਵਿੱਚ ਆ ਜਾ ਹੇ ਪਵਿੱਤਰ ਆਤਮਾ ਹੇ ਪਵਿੱਤਰ ਆਤਮਾ ਆ ਜਾਈਏ ਆ ਜਾਈਏ ਆ ਜਾਈਏ ਆ ਜਾਈਏ ਸਾਨੂੰ ਜਾਗਰਿਤ ਕਰ ਸਾਨੂੰ ਜਾਗਰਿਤ ਕਰ ਸਾਨੂੰ ਜਾਗਰਿਤ ਕਰ ਸਾਨੂੰ ਜਾਗਰਿਤ ਕਰ ਆਤਮਾ ਦੀ ਸ਼ਕਤੀ ਨਾਲ ਸਾਨੂੰ ਭਰ ਦੇ 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 ਪਵਿੱਤਰ ਵਚਨ ਦੇ ਰਾਹੀਂ ਪਵਿੱਤਰ ਵਚਨ ਦੇ ਰਾਹੀਂ ਸਾਨੂੰ ਆਤਮਾ ਦੀ ਸ਼ਕਤੀ ਦੇ ਸਾਨੂੰ ਆਤਮਾ ਦੀ ਸ਼ਕਤੀ ਦੇ ਪਵਿੱਤਰ ਵਚਨ ਦੇ ਰਾਹੀਂ ਪਵਿੱਤਰ ਵਚਨ ਦੇ ਰਾਹੀਂ ਸਾਨੂੰ ਸ਼ੁੱਧ ਕਰ ਸਾਨੂੰ ਸ਼ੁੱਧ ਕਰ ਸਾਨੂੰ ਚੰਗਾ ਕਰ ਸਾਨੂੰ ਚੰਗਾ ਕਰ ਸਾਡੀ ਪਰੇਸ਼ਾਨੀ ਨੂੰ ਖਤਮ ਕਰ ਸਾਡੀ ਪਰੇਸ਼ਾਨੀ ਨੂੰ ਖਤਮ ਕਰ ਸ਼ੈਤਾਨੀ ਹਮਲੇ ਤੋਂ ਸਾਨੂੰ ਬਚਾ ਸ਼ੈਤਾਨੀ ਹਮਲੇ ਤੋਂ ਸਾਨੂੰ ਬਚਾ ਹਾਲੇਲੂਇਆ 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 ਪਾਤਰੁ ਯਹਵਾ ਦਾ ਪਾਤਰੁ ਮਸੀਹਾ ਦਾ ਪਾਤਰੁ ਯਹਵਾ ਦਾ ਪਾਤਰੁ ਮਸੀਹਾ ਦਾ ਵਸਦਾ ਏ ਸਾਡੇ ਅੰਦਰ ਤੇ ਮੌਜਾਂ ਲੱਗ ਗਈਆਂ ਨੇ ਤੇ ਮੌਜਾਂ ਲੱਗ ਗਈਆਂ ਨੇ ਪਾਤਰੁ ਯਹਵਾ ਦਾ ਪਾਤਰੁ ਮਸੀਹਾ ਦਾ ਪਾਤਰੁ
ਹਾਲੇਲੂਇਆ 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 ਅਸੀਂ ਖੁਦਾ ਦਾ ਸ਼ੁਕਰਗੁਜ਼ਾਰੀ ਕਰੀਏ ਕਿ ਖੁਦਾ ਨੇ ਸਾਨੂੰ ਸਾਰਿਆਂ ਨੂੰ ਸਹੀ ਸਲਾਮਤ ਇੱਥੇ ਪਹੁੰਚਾ ਦਿੱਤਾ ਹੈ ਹਾਲੇਲੂਇਆ ਹਾਲੇਲੂਇਆ ਅਸੀਂ ਹੁਣ ਖੁਦਾ ਦਾ ਵਚਨ ਸੁਣਨ ਦੇ ਲਈ ਤਿਆਰ ਹੋ ਕੇ ਚਾਹਵਾਨ ਹੋ ਕੇ ਇੱਥੇ ਆਏ ਮਨ ਦੇ ਵਿੱਚ ਹਮੇਸ਼ਾ ਇਹੀ ਰੱਖਣਾ ਹੈ ਇਹ ਪ੍ਰਭੂ ਮੈਨੂੰ ਵਚਨ ਦੇ ਖੁਦਾ ਦਾ ਇੱਕ ਵਚਨ ਕਾਫੀ ਹੈ ਸਾਡਾ ਜ਼ਿੰਦਗੀ ਖੁਦਾ ਦੀ ਬਰਕਤ ਨਾਲ ਭਰਪੂਰ ਹੋਣ ਦੇ ਲਈ ਇੱਕ ਵਚਨ ਜ਼ਰੂਰ ਪ੍ਰਭੂ ਸਾਨੂੰ ਦੇਣਗੇ ਹਰ ਇੱਕ ਨੂੰ ਕੋਈ ਨਾ ਕੋਈ ਵਚਨ ਮਿਲੇਗਾ ਪਰ ਤੁਸੀਂ ਉਡੀਕ ਕਰਨਾ ਹੈ ਵੇਟ ਅਪੋਨ ਦ ਲੋਰਡ ਖੁਦਾ ਦੀ ਉਡੀਕ ਕਰਨਾ ਹੈ ਉਹ ਇਨਸਾਨ ਖੁਦਾ ਦਾ ਆਸ਼ੀਸ਼ ਹਾਸਲ ਕਰੇਗਾ ਜੋ ਖੁਦਾ ਦਾ ਉਡੀਕ ਕਰਦਾ ਹੈ ਅੱਜ ਅਸੀਂ ਇਹੋ ਜਿਹਾ ਇੱਕ ਦੁਨੀਆ ਵਿੱਚ ਰਹਿੰਦੇ ਹਾਂ ਕਿ ਸਾਡੇ ਕੋਲ ਟਾਈਮ ਨਹੀਂ ਹੈ ਉਡੀਕਣ ਲਈ ਪਰ ਉਸ ਨੂੰ ਖੁਦਾ ਦੀ ਆਸ਼ੀਸ਼ ਮਿਲਦਾ ਹੈ ਜੋ ਉਡੀਕ ਕਰੇਗਾ ਉਡੀਕਣਾ ਹੈ ਜੇਕਰ ਸਾਨੂੰ ਖੁਦਾ ਦੀ ਬਰਕਤ ਮਿਲਦਾ ਹੈ ਜਿਸ ਦੇ ਰਾਹੀਂ ਸਭ ਕੁਛ ਹੋਗਾ ਤਾਂ ਫਿਰ ਅਸੀਂ ਕਿਉਂ ਨਹੀਂ ਉਡੀਕੀਏ ਇਸ ਲਈ ਅਸੀਂ ਇਹ ਆਦਤ ਬਣਾਉਣਾ ਹੈ ਉਡੀਕ ਕਰਨਾ ਖੁਦਾ ਦਾ ਆਸ਼ੀਸ਼ ਦੇ ਲਈ ਖੁਦਾ ਦਾ ਵਚਨ ਦੇ ਲਈ ਖੁਦਾ ਦੇ ਲਈ ਉਡੀਕਣਾ ਉਡੀਕ ਕਰਨਾ ਕਈ ਵਾਰੀ ਪ੍ਰਾਰਥਨਾ ਦੇ ਵਿੱਚ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਪਰ ਦਿਲ ਨਹੀਂ ਛੱਡਣਾ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਜਦੋਂ ਤੱਕ ਸਾਨੂੰ ਖੁਦਾ ਦੀ ਜਵਾਬ ਨਹੀਂ ਮਿਲਦਾ ਉਡੀਕ ਕਰਨਾ ਹੈ ਜਾਗਰਣ ਦੇ ਵਿੱਚ ਅਸੀਂ ਖੁਦਾ ਦਾ ਉਡੀਕ ਕਰਦੇ ਹਾਂ ਸਾਰੀ ਰਾਤ ਜਾਗ ਕੇ ਅਸੀਂ ਉਡੀਕ ਕਰਦੇ ਹਾਂ ਤਾਂ ਜੋ ਸਾਨੂੰ ਖੁਦਾ ਦੀ ਆਸ਼ੀਸ ਮਿਲੇ ਹਾਲੇਲੂਇਆ 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 ਖੁਦਾ ਦਾ ਵਚਨ ਸੁਣਨ ਦੇ ਲਈ ਸਾਰੇ ਤਿਆਰ ਹੋ ਗਿਆ ਹੈ ਹਾਲੇਲੂਇਆ ਹਾਲੇਲੂਇਆ ਅਸੀਂ ਪਹਿਲਾ ਇੱਕ ਵਚਨ ਮੱਤੀ ਦੀ ਅੰਜੀਲ 11 ਬਾਬ ਉਸਦਾ 28 ਐਤ ਅਸੀਂ ਸੁਣਾਂਗੇ ਤੁਸੀਂ ਜਿਹੜੇ ਥੱਕੇ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਹੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਹਾਲੇਲੂਇਆ 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 ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਜਦੋਂ ਸਾਡੇ ਕੋਲ ਪੈਸਾ ਹੈ ਜਦੋਂ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਚੱਲਦਾ ਹੈ ਸਾਡੇ ਕੋਲ ਸਾਰੇ ਆਉਣਗੇ ਪਰ ਜਦੋਂ ਸਾਡਾ ਘਰ ਦੇ ਵਿੱਚ ਦੁੱਖ ਆਉਣਾ ਸ਼ੁਰੂ ਹੋ ਜਾਂਦਾ ਮੁਸੀਬਤ ਆਉਣਾ ਸ਼ੁਰੂ ਹੋ ਗਿਆ ਇੱਕ ਕਰਕੇ ਲੋਕ ਸਾਨੂੰ ਛੱਡ ਦੇਣਗੇ ਜਦੋਂ ਅਸੀਂ ਦੁੱਖ ਦੇ ਕਰਕੇ ਬਿਮਾਰੀ ਦੇ ਕਰਕੇ ਗਰੀਬੀ ਦੇ ਕਰਕੇ ਅਸੀਂ ਥੱਕ ਜਾਂਦੇ ਹਾਂ ਸਾਡਾ ਕੋਈ ਵੀ ਗੱਲ ਠੀਕ ਨਹੀਂ ਚੱਲਦਾ ਸਭ ਉਲਟੇ ਪਾਸੇ ਚਲੇ ਜਾਂਦੇ ਇੱਕ ਇੱਕ ਕਰਕੇ ਸਾਡੇ ਦੋਸਤ ਸਾਡੇ ਰਿਸ਼ਤੇਦਾਰ ਇੱਥੋਂ ਤੱਕ ਸਾਡੇ ਆਪਣਾ ਭਰਾ ਅਤੇ ਭੈਣ ਵੀ ਸਾਨੂੰ ਛੱਡ ਦੇਣਗੇ ਜੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਪਰ ਪ੍ਰਭੂ ਯਿਸੂ ਮਸੀਹ ਦੇਖੋ ਕੀ ਬੋਲਦਾ ਹੈ ਤੁਸੀਂ ਜਿਹੜੇ ਥੱਕੇ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਇਹ ਹੈ ਸਾਡਾ ਪ੍ਰਭੂ ਯਿਸੂ ਮਸੀਹ ਹਾਲੇਲੂਇਆ ਹਾਲੇਲੂਇਆ ਤੁਸੀਂ ਖੁਸ਼ ਹੋ ਇਸ ਗੱਲ ਸੁਣਨ ਕੇ ਭਾਵੇਂ ਸਾਨੂੰ ਇਸ ਦੁਨੀਆਂ ਦੇ ਵਿੱਚ ਸਾਰੇ ਲੋਕ ਸਾਨੂੰ ਛੱਡ ਦੇਣਗੇ ਪਰ ਪ੍ਰਭੂ ਯਿਸੂ ਮਸੀਹ ਸਾਨੂੰ ਨਹੀਂ ਛੱਡਦਾ ਸਗੋਂ ਉਹ ਸਾਨੂੰ ਆਪਣੇ ਕੋਲ ਬੁਲਾਉਂਦਾ ਹੈ ਇਸ ਗੱਲ 'ਤੇ ਤੁਹਾਨੂੰ ਖੁਸ਼ੀ ਹੈ ਕਿ ਨਹੀਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਈ ਤਾਲੀ ਵਜਾਏਂਗੇ ਹਾਲੇਲੂਇਆ 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 ਇਸ ਤੋਂ ਸਾਨੂੰ ਕੀ ਲੱਗਦਾ ਹੈ ਕੀ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਸਾਨੂੰ ਪਿਆਰ ਕਰਦਾ ਹੈ ਭਾਵੇਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਈ ਕੁਛ ਨਹੀਂ ਕੀਤਾ ਭਾਵੇਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਸ਼ਾਇਦ ਬਹੁਤ ਦੂਰ ਹੋਣਗੇ ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਸਾਨੂੰ ਬੁਲਾਉਂਦਾ ਹੈ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਇਸ ਦੁਨੀਆਂ ਦੇ ਵਿੱਚ ਕਿਤਨੇ ਚੰਗੇ ਵਧੀਏ ਲੋਕ ਆਏ ਉਹ ਸਾਰੇ ਕੀ ਦੱਸਿਆ ਕੀ ਸਿਖਾਇਆ ਤੁਸੀਂ ਉਹ ਕਰੋ ਇਹ ਕਰੋ ਉਹ ਨਾ ਕਰੋ ਇਹ ਨਾ ਕਰੋ ਸਭ ਕੁਝ ਬੋਲਿਆ ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲਣ ਦੇ ਲਈ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਏ
ਸ਼ਾਂਤੀ ਮਿਲਣ ਦੇ ਲਈ ਕੀ ਕਰਨਾ ਹੈ ਕੀ ਨਹੀਂ ਕਰਨਾ, ਇਸੇ ਤਰ੍ਹਾਂ ਬਹੁਤ ਸਾਰਾ ਸਿੱਖਿਆ ਵਾ ਸਾਨੂੰ ਦੇ ਕੇ ਉਹ ਚਲੇ ਗਏ। ਬਹੁਤ ਸਾਰੇ ਚੰਗੇ ਚੰਗੇ ਲੋਕ ਆਏ ਜਿਨ੍ਹਾਂ ਨੂੰ ਆਤਮਿਕ ਤੌਰ 'ਤੇ ਰੋਸ਼ਨੀ ਮਿਲਿਆ। ਪੀੜ੍ਹੀ ਓਮ ਪੀੜ੍ਹੀ ਆਉਂਦੇ ਰਹੇ ਅਤੇ ਉਸ ਜ਼ਮਾਨੇ ਦੇ ਲੋਕਾਂ ਨੂੰ ਸਮਝਾਉਂਦੇ ਰਹੇ, ਸਿਖਾਉਂਦੇ ਰਹੇ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਬੋਲਿਆ ਕਿ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ। ਇਹ ਸਿਰਫ ਪ੍ਰਭੂ ਯਿਸੂ ਮਸੀਹ ਨੇ ਕਿਹਾ, ਕਿਉਂਕਿ ਉਹ ਸੱਚਾ ਖੁਦਾ ਹੈ, ਉਹ ਇਨਸਾਨ ਨਹੀਂ ਹੈ, ਉਹ ਖੁਦਾ ਹੈ। ਖੁਦਾ ਇਨਸਾਨ ਬਣ ਕੇ ਸਾਡੇ ਵਿੱਚ ਰਿਹਾ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਸੋ ਮੱਤੀ ਦੀ ਅੰਜੀਲ 11:28 ਯਾਦ ਕਰਨਾ। ਜਦੋਂ ਮੈਂ ਛੋਟਾ ਸੀ, ਮੇਰੇ ਖਿਆਲ ਕੋਈ 15-16 ਸਾਲ ਦਾ ਸੀਗਾ, ਸੈਮੀਨਰੀ ਦੇ ਵਿੱਚ ਮੈਂ ਜੁਆਇਨ ਕੀਤਾ ਸੀ, ਫਾਦਰ ਬਣਨ ਦੀ ਟ੍ਰੇਨਿੰਗ 'ਤੇ ਲੱਗਿਆ। ਅਤੇ ਜਦੋਂ ਮੈਂ ਇੱਕ ਵਾਰੀ ਛੁੱਟੀ 'ਤੇ ਗਿਆ ਸੀ ਆਪਣਾ ਘਰ, ਉੱਥੇ ਚਰਚ ਦੇ ਵਿੱਚ ਇੱਕ ਪ੍ਰੋਗਰਾਮ ਸੀ, ਉਸ ਪ੍ਰੋਗਰਾਮ ਦੇ ਵਿੱਚ ਮੈਂ ਗਿਆ। ਉੱਥੇ ਇੱਕ ਬੰਦਾ ਆਪਣਾ ਗਵਾਹੀ ਦਿੰਦਾ ਸੀ। ਉਸਨੇ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲਿਆ, ਆਪਣਾ ਪੁਰਾਣਾ ਨਾਮ ਬਦਲ ਦਿੱਤਾ ਅਤੇ ਯੂਸਫ ਨਾਮ ਲਿਆ। ਉਹ ਕਹਿੰਦਾ ਸੀ ਉਸਨੂੰ ਬਲੱਡ ਕੈਂਸਰ ਮਿਲਿਆ ਸੀ। ਕੀ ਨਿਸ਼ਾਨ ਸੀ? ਜਦੋਂ ਪਸੀਨਾ ਆਉਂਦਾ ਉਹ ਖੂਨ ਹੈ, ਜਦੋਂ ਥੁੱਕੇਗਾ ਉਹ ਖੂਨ ਨਿਕਲਦਾ ਹੈ, ਜੇਕਰ ਜ਼ੋਰ ਨਾਲ ਆਪਣਾ ਨੱਕ ਤੇ ਰਗੜ ਗਿਆ ਖੂਨ ਨਿਕਲੇਗਾ, ਕਿਉਂਕਿ ਖੂਨ ਦੀ ਕੈਂਸਰ ਸੀ, ਜਿਸ ਦੇ ਕਾਰਨ ਹਰ 2-3 ਘੰਟੇ ਦੇ ਵਿੱਚ ਕੱਪੜਾ ਵੀ ਬਦਲਣਾ ਹੈ, ਕਿਉਂਕਿ ਕੱਪੜੇ ਦੇ ਵਿੱਚ ਵੀ ਖੂਨ ਆ ਜਾਂਦਾ, ਫਿਰ ਉਹਦਾ ਬਦਬੂ ਨਿਕਲਦਾ ਹੈ, ਇਸ ਲਈ ਲਗਾਤਾਰ ਇਹਨੂੰ ਕੱਪੜਾ ਵੀ ਬਦਲਣ ਦਾ ਤਕਲੀਫ ਸੀ, ਇਸ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਸੀ। ਇੱਕ ਵਾਰੀ ਜਦੋਂ ਘਰ ਦੇ ਸਾਰੇ ਜੀ ਸ਼ਾਦੀ ਦੇ ਲਈ ਗਏ ਕਿਸੇ ਰਿਸ਼ਤੇਦਾਰ 'ਤੇ, ਇਹ ਇਕੱਲਾ ਸੀਗਾ, ਇਸਨੇ ਖੁਦਕੁਸ਼ੀ ਕਰਨ ਦੀ ਫੈਸਲਾ ਕੀਆ। ਅਮੀਰ ਬੰਦਾ ਹੈ, 3 ਮੰਜ਼ਿਲ ਦਾ ਕੋਠੀ ਹੈ, ਜਦੋਂ ਕਰਦੇ ਸਾਰੇ ਜੀ ਇਸ ਸ਼ਾਦੀ ਦੇ ਲਈ ਨਿਕਲਾ, ਇਹ ਇਕੱਲਾ ਘਰ ਸੀਗਾ, ਉਸਨੇ ਆਪਣਾ 3 ਮੰਜ਼ਿਲ ਦੇ ਟੈਰਸ ਦੇ ਉੱਤੇ ਚੜ ਗਿਆ, ਉੱਥੋਂ ਥੱਲੇ ਨੂੰ ਛਾਲ ਮਾਰਨ ਦੇ ਵੱਲ, ਔਰ ਜਦੋਂ ਛਾਲ ਮਾਰਨ ਦੇ ਲਈ ਕੋਸ਼ਿਸ਼ ਕੀਤੀ, ਐਸਾ ਲੱਗਾ ਕਿਸੇ ਨੇ ਉਹਨੂੰ ਪਿੱਛੋਂ ਖਿੱਚਿਆ, ਉਹਨੇ ਦੇਖ ਲਿਆ ਪਿੱਛੇ ਕੌਣ ਹੈ, ਕੋਈ ਨਹੀਂ ਸੀ। ਦੁਬਾਰਾ ਫਿਰ ਜ਼ੋਰ ਨਾਲ ਛਾਲ ਮਾਰਨ ਦੇ ਲਈ ਕੋਸ਼ਿਸ਼ ਕੀਤੀ, ਫਿਰ ਲੱਗਿਆ ਕੋਈ ਉਸਨੂੰ ਖਿੱਚ ਰਿਹਾ ਹੈ ਪਿੱਛੇ, ਫਿਰ ਦੇਖ ਲਿਓ ਕੌਣ ਹੈ, ਕੋਈ ਬਦਰੂ ਤੋਂ ਨਹੀਂ ਜਾਂ ਹੋਰ ਕੋਈ ਨਹੀਂ, ਉੱਥੇ ਕਿਸੇ ਨੂੰ ਦਿਖਾਈ ਨਹੀਂ ਦਿੱਤਾ। 3 ਵਾਰੀ ਉਸਨੇ ਬਿਲਕੁਲ ਆਪਣਾ ਮਨ ਬਣਾ ਲਿਆ ਔਰ ਛਾਲ ਮਾਰਨ ਦੇ ਲਈ ਕੜਾ ਹੋ ਗਿਆ, ਕਿਸੇ ਨੇ ਅੱਗਿਓਂ ਥੱਕਾ ਦਿੱਤਾ ਜੇ ਉਹ ਗਿਰ ਗਿਆ, ਅਤੇ ਉਹ ਡਰ ਗਿਆ, ਕੌਣ ਤੱਕਾ ਕੌਣ ਦੇ ਰਿਹਾ, ਕਿਸੇ ਨੂੰ ਤੂੰ ਦਿਖਾਈ ਨਹੀਂ ਦਿੰਦਾ ਸੀ। ਜਦੋਂ ਡਰ ਕੇ ਜਦੋਂ ਇੱਧਰ ਉੱਧਰ ਉਹ ਦੇਖਣੇ ਲੱਗਾ, ਉੱਥੇ ਇੱਕ ਛੋਟਾ ਕਾਗਜ਼ ਦਾ ਇੱਕ ਟੁਕੜਾ ਹਵਾ ਦੇ ਵਿੱਚ ਇਸ ਤਰ੍ਹਾਂ ਹਿਲਦਾ ਸੀ, ਇੱਕ ਕਾਗਜ਼ ਦਾ ਟੁਕੜਾ। ਜਦੋਂ ਦੇਖਾ ਉਹ ਬਾਈਬਲ ਦਾ ਇੱਕ ਸਫ਼ਾ ਸੀ। ਕੈਸੇ ਉਹ ਉੱਥੇ ਪਹੁੰਚ ਗਿਆ ਕੋਈ ਪਤਾ ਨਹੀਂ ਹੈ, ਕਿਉਂਕਿ ਉਹ ਪਰਿਵਾਰ ਯਿਸੂ ਮਸੀਹ ਵਿੱਚ ਈਮਾਨ ਰੱਖਣ ਵਾਲਾ ਨਹੀਂ ਸੀਗਾ, ਉਸ ਪਰਿਵਾਰ ਦਾ ਸਿਰਫ ਇਹ ਬੰਦਾ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕੀਤਾ ਸੀ, ਉਸ ਘਰ ਦੇ ਵਿੱਚ ਬਾਈਬਲ ਨਹੀਂ ਸੀ, ਫਿਰ ਵੀ 3 ਮੰਜ਼ਿਲ ਦੇ ਟੈਰਸ ਦੇ ਉੱਤੇ ਬਾਈਬਲ ਦਾ ਇਹ ਸਫ਼ਾ ਇਹ ਪੇਜ ਕੈਸੇ ਆ ਗਿਆ। ਜਦੋਂ ਉਸਨੇ ਉਠਾਇਆ ਅਤੇ ਦੇਖਾ ਉਸ ਦੇ ਉੱਤੇ ਇਹੀ ਸ਼ਬਦ ਲਿਖਿਆ ਸੀਗਾ, ਮੱਤੀ ਦੀ ਅੰਜੀਲ 11:28, ਤੁਸੀਂ ਜਿਹੜੇ ਥੱਕੇ ਅਤੇ ਭਾਰ ਹੇਠਾਂ ਦੱਬੇ ਹੋਏ ਲੋਕੋ, ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਇਸ ਵਕਤ ਸਾਡੇ ਸੰਗਤ ਵਿੱਚ ਬੈਠੇ ਕਿਸੇ ਦੇ ਮਨ ਦੇ ਵਿੱਚ ਸੁਈਸਾਈਡ ਕਰਨ ਦੇ ਬਾਰੇ ਸੋਚਿਆ ਹੈ, ਜਾਂ ਪਿਛਲੇ ਦਿਨ ਆਪਣੀ ਜ਼ਿੰਦਗੀ ਦੀ ਦੁੱਖ ਦੇ ਕਰਕੇ ਭਾਰ ਦੇ ਕਰਕੇ ਸੁਈਸਾਈਡ ਕਰਨ ਦੇ ਬਾਰੇ ਸੋਚਿਆ, ਉਹ ਇਸ ਵਕਤ ਆਪਣਾ ਮਨ ਬਦਲ ਰਿਹਾ ਹੈ, ਉਸ ਉੱਤੇ ਖੁਦਾ ਦੀ ਸ਼ਕਤੀ ਆਏਗਾ, ਉਹ ਉਸਨੂੰ ਜੋ ਮੁਸੀਬਤ ਵਿੱਚ ਹੈ ਪ੍ਰਭੂ ਉਸਨੂੰ ਬਚਾਉਂਦਾ ਹੈ, ਇਸ ਵਕਤ ਪ੍ਰਭੂ ਉਸਨੂੰ ਬਚਾਉਂਦਾ ਹੈ। ਹਾਲੇਲੂਯਾ, 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 ਹਾਲੇਲੂਯਾ। ਜਦੋਂ ਉਸਨੇ ਇਸ ਬਾਈਬਲ ਦਾ ਇਹ ਸ਼ਫਾ ਦੇਖ ਲਿਆ ਤਾਂ ਪੜ੍ਹ ਲਿਆ,
ਉਸ ਦਾ ਸਰੀਰ ਗਰਮ ਹੋ ਗਿਆ, ਗਰਮਾਈ ਮਹਿਸੂਸ ਕੀਆ, ਪਸੀਨਾ ਆਉਣਾ ਲੱਗਾ, ਪਰ ਉਹ ਪਸੀਨਾ ਪਾਣੀ ਸੀਗਾ, ਖੂਨ ਨਹੀਂ ਸੀ। ਫਿਰ ਉਹਨੂੰ ਸ਼ੱਕ ਆ ਗਿਆ ਕਿ ਮੈਂ ਠੀਕ ਹੋ ਗਿਆ। ਉਸਨੇ ਥੱਲੇ ਥੁੱਕ ਕੇ ਦੇਖਿਆ, ਖੂਨ ਨਹੀਂ ਸੀ। ਆਪਣੇ ਨੱਕ ਜ਼ੋਰ ਨਾਲ ਰਗੜ ਕੇ ਦੇਖਾ, ਖੂਨ ਨਹੀਂ ਆਇਆ, ਉਹ ਬਿਲਕੁਲ ਠੀਕ ਹੋ ਗਿਆ। ਹਾਲੇਲੂਇਆ। ਜਦੋਂ ਬਾਈਬਲ ਪੜ੍ਹਦੇ ਹਾਂ, ਖੁਦਾ ਦਾ ਵਚਨ ਦੇ ਉੱਤੇ ਆਪਣਾ ਆਖੇ ਵਜਦਾ ਹੈ, ਉਸ ਦੇ ਰਾਖੀ ਸ਼ਕਤੀ ਨਿਕਲਦਾ ਹੈ, ਆਪਣਾ ਮਨ ਬਦਲਦਾ ਹੈ, ਚੰਗਾਈ ਮਿਲਦਾ ਹੈ। ਕਿਉਂਕਿ ਪ੍ਰਭੂ ਸਾਨੂੰ ਬੁਲਾਉਂਦਾ ਹੈ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਪ੍ਰਭੂ ਯਿਸੂ ਦਾ ਸ਼ੁਕਰਗੁਜ਼ਾਰੀ ਕਰੀਏ ਕਿ ਅੱਜ ਪ੍ਰਭੂ ਨੇ ਜੋਨਾ ਨਬੀ ਦੇ ਰਾਖੀ ਕੁਝ ਗੱਲਾਂ ਸਾਨੂੰ ਦੱਸਦਾ ਹੈ। ਪ੍ਰਾਰਥਨਾ ਦੇ ਵਿੱਚ ਪ੍ਰਭੂ ਨੇ ਇਹ ਇਸ਼ਾਰਾ ਦਿੱਤਾ ਹੈ, ਤੁਹਾਡੇ ਨਾਲ ਮੈਂ ਯੋਨਾ ਨਬੀ ਦੇ ਬਾਰੇ ਗੱਲ ਕਰਨਾ ਹੈ। ਆਓ ਅਸੀਂ ਯੋਨਾ ਨਬੀ ਦੇ ਗ੍ਰੰਥ ਉਸਦਾ ਪਹਿਲਾ ਬਾਪ 1-30 ਐਤ ਤੱਕ ਅਸੀਂ ਪੜ੍ਹਾਂਗੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਮਤਾਈ ਦੇ ਪੁੱਤਰ ਯੋਹਾਨਾ ਦੇ ਕੋਲ ਪ੍ਰਭੂ ਦੀ ਬਾਣੀ ਪਹੁੰਚੀ। ਉਸ ਬਾਣੀ ਅਨੁਸਾਰ ਜੋਨਾ ਨੂੰ ਇਹ ਦੇਵੀ ਸੰਦੇਸ਼ ਮਿਲਿਆ, ਉੱਠ, ਵੱਡੇ ਨਗਰ ਨਿਨਵੇ ਨੂੰ ਜਾ ਅਤੇ ਉਸ ਦੇ ਨਿਵਾਸੀਆਂ ਨੂੰ ਕਹਿ ਕਿ ਤੁਹਾਡੀ ਬੁਰਾਈ ਮੇਰੇ ਤੱਕ ਉਤਾਂਹ ਪਹੁੰਚ ਚੁੱਕੀ ਹੈ। ਪਰ ਜੋਨਾ ਨੇ ਪਰਮੇਸ਼ੁਰ ਦੇ ਸਾਹਮਣਿਓਂ ਤਾਰਸਿਸ ਨਗਰ ਨੂੰ ਭੱਜਣ ਦਾ ਯਤਨ ਕੀਤਾ। ਉਹ ਪਹਿਲਾਂ ਜਾਪਾ ਨਗਰ ਨੂੰ ਗਿਆ, ਜਿੱਥੇ ਉਸ ਨੂੰ ਤਾਰਸਿਸ ਨਗਰ ਨੂੰ ਜਾਣ ਵਾਲਾ ਇੱਕ ਸਮੁੰਦਰੀ ਜਹਾਜ਼ ਮਿਲਿਆ। ਇਸ ਲਈ ਜੋਨਾ ਉਸ ਜਹਾਜ਼ 'ਤੇ ਆਪਣਾ ਕਿਰਾਇਆ ਦੇ ਕੇ ਦੂਜੇ ਮੁਸਾਫਰਾਂ ਨਾਲ ਉਸ ਵਿੱਚ ਚੜ੍ਹ ਗਿਆ ਕਿ ਉਹ ਵੀ ਉਹਨਾਂ ਦੇ ਨਾਲ ਪ੍ਰਭੂ ਦੇ ਸਾਹਮਣੇ ਤਾਰਸਿਸ ਨਗਰ ਨੂੰ ਚਲਾ ਜਾਵੇ। ਹਾਲੇਲੂਇਆ, ਹਾਲੇਲੂਇਆ। ਦੇਖੋ ਇੱਥੇ ਕੀ ਹੁੰਦਾ ਹੈ, ਯੋਨਾ ਨਬੀ, ਉਸਨੂੰ ਪ੍ਰਭੂ ਨੇ ਬੁਲਾਇਆ, ਦੇਵੀ ਸੰਦੇਸ਼ ਮਿਲਿਆ ਉਸਨੂੰ, ਖੁਦਾ ਦੀ ਬਾਣੀ ਉਸਨੂੰ ਮਿਲਿਆ, ਜਿਸ ਦੇ ਮੁਤਾਬਕ ਉਹ ਜਾਣਾ ਸੀ ਨਿਨੀਵੇ ਸ਼ਹਿਰ। ਕਿਹੜਾ ਸ਼ਹਿਰ ਦੇ ਵਿੱਚ ਜਾਣਾ ਸੀ? ਨਿਨੀਵੇ ਸ਼ਹਿਰ। ਸਾਰੇ ਬੋਲੋ, ਕਿਹੜੇ ਸ਼ਹਿਰ ਦੇ ਵਿੱਚ ਉਹ ਜਾਣਾ ਸੀ? ਪਰ ਗਿਆ ਕਿਤੇ? ਤਾਰਸਿਸ ਨੂੰ ਜਾਣ ਦੀ ਕੋਸ਼ਿਸ਼ ਕੀਤੀ। ਉਲਟਾ ਪ੍ਰਭੂ ਕੁਝ ਗੱਲ ਕਰਦਾ ਹੈ, ਪਰ ਉਹ ਆਪਣੀ ਮਰਜ਼ੀ 'ਤੇ ਜਾਣਾ ਹੈ। ਇੱਕ ਬੰਨੇ ਖੁਦਾ ਦੀ ਮਰਜ਼ੀ, ਪਰ ਯੋਨਾ ਨਬੀ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਭੂ ਦਾ ਸੰਦੇਸ਼ ਉਸਨੂੰ ਸਾਫ਼ ਮਿਲਿਆ, ਉਹਨੂੰ ਕੋਈ ਸ਼ੱਕ ਨਹੀਂ ਸੀ, ਉਸਦੇ ਮਨ ਦੇ ਵਿੱਚ ਕੋਈ ਸ਼ੱਕ ਨਹੀਂ ਸੀ, ਉਹਨੂੰ ਪਤਾ ਸੀ ਕੀ ਕਰਨਾ ਹੈ। ਦੇਵੀ ਸੰਦੇਸ਼ ਮਿਲਿਆ, ਤੁਸੀਂ ਨਿਨੀਵੇ ਸ਼ਹਿਰ ਨੂੰ ਜਾਣਾ ਹੈ, ਪਰ ਉਹ ਕੀ ਕਰਦਾ ਹੈ? ਉਲਟਾ ਗਿਆ ਅਤੇ ਜੋ ਸ਼ਿਪ, ਜੋ ਸਮੁੰਦਰੀ ਜਹਾਜ਼ ਤਾਰਸਿਸ ਨੂੰ ਜਾਂਦਾ ਸੀ, ਟਿਕਟ ਖਰੀਦ ਕੇ ਬਾਕੀ ਮੁਸਾਫਰਾਂ ਦੇ ਨਾਲ ਬੈਠਾ। ਇੱਥੇ ਅਸੀਂ ਇੱਕ ਇਨਸਾਨ ਨੂੰ ਦੇਖਦੇ ਹਾਂ ਜੋ ਆਪਣੀ ਮਰਜ਼ੀ ਕਰਨ 'ਤੇ ਰਾਜ਼ੀ ਹੈ, ਖੁਦਾ ਦੀ ਮਰਜ਼ੀ ਦੀ ਕੋਈ ਕਦਰ ਨਹੀਂ ਕਰਦਾ। ਆਪਣੀ ਮਰਜ਼ੀ, ਜਿਸ ਤਰ੍ਹਾਂ ਆਪਾਂ ਪੰਜਾਬੀ ਵਿੱਚ ਬੋਲਦੇ ਹਾਂ ਨਾ, ਮਰਜ਼ੀ ਦੇ ਮਾਲਕ, ਜੋ ਮੈਂ ਸੋਚਦਾ ਮੈਂ ਉਹੀ ਕਰਨਾ ਹੈ, ਖੁਦਾ ਦੀ ਮਰਜ਼ੀ ਨਹੀਂ ਕਰਦਾ। ਇੱਥੇ ਅੱਜ ਇਸ ਜਾਗਰਣ ਦੇ ਵਿੱਚ ਬੈਠ ਕਰ ਤੁਸੀਂ ਇਹ ਪਤਾ ਕਰਨਾ ਹੈ ਤੁਸੀਂ ਕਿਸ ਤਰ੍ਹਾਂ ਦੇ, ਪ੍ਰਭੂ ਦੀ ਮਰਜ਼ੀ ਕਰਨ ਵਾਲੇ ਜਾਂ ਆਪਣੀ ਮਰਜ਼ੀ ਕਰਨ ਵਾਲੇ। ਇਸ ਦੇ ਬਾਰੇ ਤੁਸੀਂ ਸੋਚੋ, ਸੋਚ ਕੇ ਬੈਠੋ। ਉਹਦੇ ਨਾਲ ਨਾਲ ਅਸੀਂ ਇੱਕ ਗਾਣਾ ਵੀ ਗਾਵਾਂਗੇ। ਕਾਫੀ ਹੈ, ਕਾਫੀ ਹੈ, ਕਾਫੀ ਹੈ ਮੈਨੂੰ ਤੇਰਾ ਫਜ਼ਲ ਹੀ ਕਾਫੀ ਹੈ। ਸ਼ਾਪ
ਸ਼ਾਫੀਏ ਸ਼ਾਫੀਏ ਯਿਸੂ ਜਿਹਾ ਨਾ ਕੋਈ ਸ਼ਾਫੀਏ ਸਾਰੇ